ਖਬਰ ਬੇਹੱਦ ਹੀ ਦਰਦਨਾਕ ਹੈ ਜੀ। ਗੜ੍ਹ ਸ਼ੰਕਰ ਅਨੰਦਪੁਰ ਸਾਹਿਬ ਰੋਡ 'ਤੇ ਸਾਈਕਲ 'ਤੇ ਜਾ ਰਹੇ 16 ਸਾਲਾ ਨੌਜਵਾਨ ਦੀ ਟਿੱਪਰ ਥੱਲੇ ਆਉਣ ਨਾਲ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੰਕਿਤ ਪੁੱਤਰ ਲੇਟ ਸੁਰੇਸ਼ ਕੁਮਾਰ ਵਾਰਡ ਨੰਬਰ 11 ਅੰਬੇਦਕਰ ਨਗਰ ਗੜ੍ਹ ਸ਼ੰਕਰ ਫੁੱਟਬਾਲ ਦੀ ਪ੍ਰੈਕਟਿਸ ਕਰਨ ਲਈ ਅਨੰਦਪੁਰ ਸਾਹਿਬ ਰੋਡ ਤੋਂ ਗੜ੍ਹ ਸ਼ੰਕਰ ਵੱਲ ਨੂੰ ਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਪਿੱਛੋਂ ਆ ਰਹੇ ਟਿੱਪਰ ਨੌਜਵਾਨ 'ਤੇ ਚੜ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੇ ਤੁਰੰਤ ਬਾਅਦ ਟਿੱਪਰ ਚਾਲਕ ਨੂੰ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ਦੀ ਸੂਚਨਾ ਮਿਲਣ 'ਤੇ ਥਾਣਾ ਗੜ੍ਹ ਸ਼ੰਕਰ ਦੇ ਸਬ ਇੰਸਪੈਕਟਰ ਹਰਜੀਤ ਸਿੰਘ, ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ, ਜਿਨ੍ਹਾਂ ਵੱਲੋਂ ਟਿੱਪਰ ਨੂੰ ਕਬਜ਼ੇ ਵਿੱਚ ਲੈਣ ਉਪਰੰਤ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜ੍ਹ ਸ਼ੰਕਰ ਦੇ ਲਾਸ਼ ਘਰ ਵਿੱਚ ਰੱਖਣ ਤੋਂ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹੋਰ ਲੋਕਾਂ ਦਾ ਕਹਿਣਾ ਹੈ ਕਿ ਟਿੱਪਰ ਚਾਲਕ ਦਿਨ ਰਾਤ ਇਸ ਤਰ੍ਹਾਂ ਚੱਲਦੇ ਹਨ, ਉਹ ਕਿਸੇ ਦੀ ਪਰਵਾਹ ਵੀ ਨਹੀਂ ਚੱਲਦੇ। ਦੱਸਣ ਵਾਲਿਆਂ ਨੇ ਤਾਂ ਇਹ ਵੀ ਦੱਸਿਆ ਕਿ ਉਹ ਲੜਕਾ ਜਦੋਂ ਟਿੱਪਰ ਹੇਠਾਂ ਆ ਗਿਆ ਤਾਂ ਉਸਦੇ ਸਰੀਰ ਦੇ 2 ਟੋਟੇ ਹੋ ਗਏ। ਖਬਰ ਬੜੀ ਹੀ ਦਰਦਨਾਕ ਹੈ। ਔਰ ਦੇਖੋ ਕਿੱਥੇ ਉਹ ਆਪਣਾ ਸਾਈਕਲ 'ਤੇ ਜਾ ਰਿਹਾ ਸੀ, ਔਰ ਇਹ ਵੀ ਦੱਸਿਆ ਗਿਆ ਹੈ ਕਿ ਉਹ ਕੱਚੇ ਰਸਤੇ 'ਤੇ ਜਾ ਰਿਹਾ ਸੀ, ਪਰ ਟਿੱਪਰ ਵਾਲੇ ਨੇ ਕੋਈ ਕੁਝ ਵੀ ਨਹੀਂ ਦੇਖਿਆ ਅਤੇ ਦੂਸਰੇ ਪਾਸੇ ਉਹ ਫਰਾਰ ਹੋ ਗਿਆ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਆਓ ਦੇਖਦੇ ਹਾਂ ਪੂਰੀ ਰਿਪੋਰਟ। ਇਹਦਾ ਰਸਤੇ ਦੇ ਵਿੱਚ ਇੱਕ ਟਿੱਪਰ ਜਿਹੜਾ ਕਿ ਬਜਰੀ ਦੇ ਨਾਲ ਭਰਿਆ ਹੋਇਆ ਸੀਗਾ, ਉਹਦੇ ਥੱਲੇ ਆਉਣ ਕਰਕੇ ਇਹਦੀ ਮੌਤ ਹੋ ਗਈ ਬੱਚੇ ਦੀ, ਅਤੇ ਸਰੀਰ ਦੇ ਵੀ 2 ਟੋਟੇ ਹੋ ਗਏ। ਜਿਹੜਾ ਟਰੱਕ ਡਰਾਈਵਰ ਹੈ ਉਹ ਮੌਕੇ ਤੋਂ ਫਰਾਰ ਹੋ ਗਿਆ, ਅਤੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨੂੰ ਅਰੈਸਟ ਕਰਕੇ ਬੰਦੇ ਨੂੰ, ਅਤੇ ਉਹਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਅਤੇ ਇਹ ਟਿੱਪਰ ਜਿਹੜੇ ਆ ਅੰਨੇਵਾਹ ਚੱਲਦੇ ਆ, ਸਵੇਰ ਨੂੰ ਇਹਨਾਂ ਨੂੰ ਪਤਾ ਨਹੀਂ ਮੁੰਡਾ ਬਿਲਕੁਲ ਕੱਚੇ 'ਤੇ ਜਾ ਰਿਹਾ ਸੀਗਾ, ਅਤੇ ਉਹਨੂੰ ਕੱਚੇ 'ਤੇ ਹੀ ਟਰੱਕ ਵਾਲੇ ਨੇ ਦਰੜ ਦਿੱਤਾ, ਅਤੇ ਉਹਦੇ ਸਰੀਰ ਦੇ 2 ਟੋਟੇ ਹੋ ਗਏ। ਬਹੁਤ ਹੀ ਦੁੱਖ ਲੱਗਿਆ, ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਉਹਦੇ ਫਾਦਰ ਦੀ ਪਹਿਲੇ 6 ਮਹੀਨੇ ਡੈਥ ਹੋ ਚੁੱਕੀ ਸੀਗੀ ਬੱਚੇ ਦੇ ਪਿਤਾ ਦੀ, ਅਤੇ ਹੁਣ ਉਹ ਜਿਹੜਾ ਆਸਰਾ ਸੀਗਾ ਇੱਕ, ਅਤੇ ਉਹ ਵੀ ਉਹ ਘਰ ਦਾ ਜਿਹੜਾ ਚਿਰਾਗ ਆ ਉਹ ਬੁਝ ਗਿਆ, ਅਤੇ ਵੱਡਾ ਵੱਡਾ ਮੁੰਡਾ ਸੀਗਾ ਇਹ। ਅਤੇ ਅਸੀਂ ਸਾਰਿਆਂ ਤੋਂ ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਦੇ, ਉਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਬੱਚੇ ਇਨਸਾਫ ਦਿੱਤਾ ਜਾਵੇ। ਅੱਜ ਸਵੇਰੇ ਕਰੀਬ 6 ਵਜੇ 112 ਹੈਲਪਲਾਈਨ ਦੇ ਉੱਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਅਨੰਦਪੁਰ ਰੋਡ 'ਤੇ ਐਕਸੀਡੈਂਟ ਹੋਇਆ। ਜੋ ਮੌਕੇ 'ਤੇ ਆ ਕੇ ਦੇਖਿਆ ਵੀ ਇੱਕ ਲੜਕਾ ਅਨਕਿਤ, ਜਿਸ ਦੀ ਉਮਰ 15 ਕੁ ਸਾਲ ਸੀ, ਜੋ ਫੁੱਟਬਾਲ ਪ੍ਰੈਕਟਿਸ ਲਈ ਗਰਾਊਂਡ ਵਿੱਚ ਜਾ ਰਿਹਾ ਸੀ, ਜਿਸ ਤੋਂ ਇੱਕ ਪਿੱਛੋਂ ਆ ਰਹੇ ਟਿੱਪਰ ਨੰਬਰੀ PB65AD3527 ਨੇ ਹੇਠਾਂ ਦੇ ਕੇ ਐਕਸੀਡੈਂਟ ਕਰ ਦਿੱਤਾ, ਉਹ ਜਿਸ ਨਾਲ ਉਸ ਲੜਕੇ ਦੀ ਮੌਤ ਹੋ ਗਈ ਹੈ। ਡੈੱਡ ਬਾਡੀ ਨੂੰ ਜਿਹੜਾ ਆ ਸਿਵਲ ਹਸਪਤਾਲ ਗੜ੍ਹ ਸ਼ੰਕਰ ਰਖਾ ਦਿੱਤਾ। ਪਰਿਵਾਰ ਦੇ ਬਿਆਨ ਹਾਸਲ ਕਰਕੇ ਜੋ ਵੀ ਟਿੱਪਰ ਵਾਲੇ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ। ਨਹੀਂ, ਟਿੱਪਰ ਦਾ ਜਿਹੜਾ ਡਰਾਈਵਰ ਸੀ ਇਹ ਮੌਕੇ ਤੋਂ ਟਿੱਪਰ ਖੜ੍ਹਾ ਕਰਕੇ ਦੌੜ ਗਿਆ, ਬਾਕੀ ਉਹਦੀ ਭਾਲ ਕਰਕੇ ਉਹਨੂੰ ਵੀ ਕਾਬੂ ਕਰ ਲਿਆ ਜਾਵੇਗਾ। ਇਹ ਅਨੰਦਪੁਰ ਸਾਹਿਬ ਸਾਈਡ ਤੋਂ ਹੀ ਆ ਰਿਹਾ ਸੀਗਾ ਟਿੱਪਰ, ਅਤੇ ਲੜਕਾ ਵੀ ਉਹ ਉਸੇ ਰੋਡ ਤੋਂ ਹੀ ਜਿਹੜਾ ਗੜ੍ਹ ਸ਼ੰਕਰ ਨੂੰ ਆ ਰਿਹਾ ਸੀ। ਪੇਟ, ਪਿਸ਼ਾਬ, ਚਮੜੀ, ਲੀਵਰ, ਔਰਤ ਮਰਦ ਰੋਗਾਂ ਦੇ ਮਾਹਰ, ਸ਼ੂਗਰ ਰੋਗ ਤੋਂ ਪੱਕਾ ਛੁਟਕਾਰਾ, ਕਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ। ਫੋਨ 9976349499, 9976349499।
ਨਵਾਂ ਸ਼ਹਿਰ ਦੁਬਾਬਾ ਯੂਟਿਊਬ ਚੈਨਲ ਸੰਪਰਕ 9873479499।